ਹੈਲੋ ਦੋਸਤੋ, ਬੈਸਟ ਫਿਊਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਜਿਨ੍ਹਾਂ ਦੋਸਤਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ, ਤਾਂ ਕਿ ਤੁਹਾਡੇ ਤੱਕ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ। ਦੋਸਤੋ, ਸਾਡੇ ਇਸ ਚੈਨਲ ਉੱਪਰ ਤੁਹਾਨੂੰ ETT ਐਂਡ ਮਾਸਟਰ ਕੇਡਰ SST ਰਿਲੇਟਡ ਵੀਡੀਓਜ਼ ਮਿਲ ਜਾਣਗੀਆਂ। ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਇਹਨਾਂ ਵੀਡੀਓ ਨੂੰ ਦੇਖ ਸਕਦੇ ਹੋ। ਦੋਸਤੋ, ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸ ਰਹੇ ਹਾਂ ਜੋ ਕਿੰਨਾ ਦੋਸਤਾਂ ਨੇ ਮਾਸਟਰ ਕੇਡਰ ਅਪਲਾਈ ਕੀਤਾ ਹੋਇਆ ਹੈ, ਬਟ ਜੇਕਰ ਉਹਨਾਂ ਦੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਮਿਸਟੇਕ ਹੋ ਗਈ ਹੈ ਤਾਂ ਉਹ ਇਸ ਮਿਸਟੇਕ ਨੂੰ ਸਹੀ ਕਰ ਸਕਦੇ ਨੇ, ਕਿਉਂਕਿ ਜੋ ਉਹਨਾਂ ਦੇ ਫਾਰਮ ਅਨਲੌਕ ਕੀਤੇ ਹੋਏ ਨੇ। ਇਸ ਤੋਂ ਇਲਾਵਾ ਕਈ ਦੋਸਤਾਂ ਦੇ ਮਨ ਵਿੱਚ ਡਾਊਟ ਬਣਿਆ ਹੋਇਆ ਹੈ ਕਿ ਉਹਨਾਂ ਦੀ ਜੋ ਫੋਟੋ ਉਹਨਾਂ ਨੇ ਅਪਲੋਡ ਕੀਤੀ ਹੈ ਉਹ ਬਿਨਾਂ ਸੈਲਫ ਟੈਸਟਡ ਅਪਲੋਡ ਕਰ ਦਿੱਤੀ ਹੈ, ਬਟ ਇਸ ਵਿੱਚ ਬਹੁਤ ਵੱਡਾ ਇਸ਼ੂ ਨਹੀਂ ਸੀ। ਪਰ ਫਿਰ ਵੀ ਜੇਕਰ ਉਹਨਾਂ ਦੇ ਮਨ ਵਿੱਚ ਡਾਊਟ ਬਣਿਆ ਹੋਇਆ ਹੈ ਤਾਂ ਉਹ ਫੋਟੋ ਨੂੰ ਸੈਲਫ ਟੈਸਟਡ ਕਰਕੇ ਅਪਲੋਡ ਕਰ ਸਕਦੇ ਨੇ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਐਜੂਕੇਸ਼ਨ ਰਿਕਰੂਟਮੈਂਟ ਬੋਰਡ .com ਦੀ ਵੈਬਸਾਈਟ ਤੇ ਜਾ ਕੇ ਲੌਗਇਨ ਐਂਡ ਪਾਸਵਰਡ ਭਰ ਲੈਣਾ ਹੈ। ਠੀਕ ਹੈ, ਲੌਗਇਨ ਕਰ ਲੈਣਾ ਹੈ। ਲੌਗਇਨ ਕਰਨ ਤੋਂ ਬਾਅਦ ਜੋ ਤੁਹਾਡਾ ਸਟੇਟਸ ਸ਼ੋ ਹੋਵੇਗਾ, ਫਿਲਡ ਬਟ ਨਾਟ ਅਪਰੂਵਡ, ਬਟ ਇਹ ਜੋ ਇਹ ਪਹਿਲਾ ਫਾਰਮ ਸਾਡੇ ਵੱਲੋਂ ਓਕੇ ਕੀਤਾ ਹੋਇਆ ਹੈ, ਇਸ ਦਾ ਪੇਮੈਂਟ ਵੀ ਜੋ ਕਨਫਰਮ ਹੋ ਚੁੱਕੀ ਹੈ, ਪ੍ਰਿੰਟ ਵੀ ਲੈ ਚੁੱਕੇ ਹਾਂ, ਬਟ ਇਹਨਾਂ ਜੋ ਸਾਰੇ ਹੀ ਫਾਰਮਾਂ ਨੂੰ ਅਨਲੌਕ ਕੀਤਾ ਹੋਇਆ ਹੈ। ਹੁਣ ਜੋ ਇਹਨਾਂ ਫਾਰਮਾਂ ਦਾ ਸਟੇਟਸ ਫਿਲਡ ਬਟ ਨਾਟ ਅਪਰੂਵਡ ਸੋ ਹੋਵੇਗਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਸਹੀ ਕਰਨਾ ਹੈ। ਤੁਸੀਂ ਜੇਕਰ ਤੁਹਾਡੀ ਫੋਟੋ ਸੈਲਫ ਟੈਸਟਡ ਨਹੀਂ ਅਪਲੋਡ ਹੋਈ ਤਾਂ ਤੁਸੀਂ ਇੱਥੇ ਜਾ ਕੇ ਫੋਟੋ ਅਪਲੋਡ ਕਰ ਲੈਣੀ ਹੈ। ਉਸ ਤੋਂ ਬਾਅਦ ਤੁਸੀਂ ਚਲੇ ਜਾਣਾ ਹੈ, ਆਪਣਾ ਡੈਸ਼ਬੋਰਡ ਚੈੱਕ ਕਰ ਸਕਦੇ ਹੋ, ਡੈਸ਼ਬੋਰਡ ਤੇ ਵੀ ਇਹੀ ਸ਼ੋ ਹੋਵੇਗਾ। ਉਸ ਤੋਂ ਬਾਅਦ ਤੁਸੀਂ ਜਨਰਲ ਪ੍ਰੋਫਾਈਲ ਤੇ ਚਲੇ ਜਾਣਾ ਹੈ। ਜੇਕਰ ਤੁਹਾਡੇ ਇੱਥੇ ਕੋਈ ਵੀ ਮਿਸਟੇਕ ਹੋਈ ਹੈ ਤੁਹਾਡੇ ਐਡਰੈਸ ਵਿੱਚ, ਤੁਸੀਂ ਇਸ ਨੂੰ ਚੇਂਜ ਕਰ ਸਕਦੇ ਹੋ ਜਾਂ ਤੁਹਾਡੇ ਅਕਾਊਂਟ ਨੰਬਰ ਵਿੱਚ। ਉਸ ਤੋਂ ਬਾਅਦ ਤੁਸੀਂ ਕਰ ਲੈਣਾ ਆਈ ਹੈਵ ਚੈੱਕਡ ਦਾ ਡਿਟੇਲ, ਉਸ ਤੋਂ ਬਾਅਦ ਅਪਰੂਵ ਮਾਈ ਫਾਈਲ, ਅਪਰੂਵ ਮਾਈ ਪ੍ਰੋਫਾਈਲ। ਉਸ ਤੋਂ ਬਾਅਦ ਜੇਕਰ ਤੁਹਾਡੇ ਸਬਜੈਕਟ ਵਗੈਰਾ 'ਚ ਕੋਈ ਵੀ ਮਿਸਟੇਕ ਹੈ ਤੁਸੀਂ ਅਪਲਾਈ ਹੇਅਰ 'ਤੇ ਕਲਿੱਕ ਕਰ ਲੈਣਾ, ਠੀਕ ਹੈ ਜੀ। ਉਸ ਤੋਂ ਬਾਅਦ ਫਿਲ ਐਪਲੀਕੇਸ਼ਨ ਫਾਰਮ, ਉਸ ਤੋਂ ਬਾਅਦ ਤੁਸੀਂ ਆਪਣੀ ਡਿਟੇਲ ਚੈੱਕ ਕਰ ਲੈਣੀ ਹੈ। ਜੇਕਰ ਤੁਹਾਡੀ ਡਿਟੇਲ ਵਿੱਚ ਕੋਈ ਮਿਸਟੇਕ ਹੋਈ ਸੀ ਜਾਂ ਸਬਜੈਕਟ ਵਿੱਚ, ਤੁਸੀਂ ਇਸ ਨੂੰ ਸਹੀ ਕਰ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਅਪਡੇਟ 'ਤੇ ਕਲਿੱਕ ਕਰ ਲੈਣਾ ਅਤੇ ਆਈ ਹੈਵ ਚੈੱਕਡ ਦਾ ਡਿਟੇਲ, ਲੌਕ ਮਾਈ ਪ੍ਰੋਫਾਈਲ, ਲੌਕ ਮਾਈ ਐਪਲੀਕੇਸ਼ਨ ਫਾਰਮ, ਓਕੇ। ਉਸ ਤੋਂ ਬਾਅਦ ਤੁਹਾਡਾ ਜੋ ਸੈਕਿੰਡ ਉਸ ਨੂੰ ਵੀ ਕਰ ਲੈਣਾ, ਜੇਕਰ ਤੁਸੀਂ ਸੈਕਿੰਡ ਸਬਜੈਕਟ ਲਈ ਵੀ ਅਪਲਾਈ ਕੀਤਾ ਹੋਇਆ, ਇੱਥੇ ਵੀ ਤੁਸੀਂ ਕਲਿੱਕ ਕਰ ਲੈਣਾ ਹੈ, ਠੀਕ ਹੈ ਜੀ। ਅਪਡੇਟ ਕਰ ਲੈਣੇ ਜੇਕਰ ਤੁਹਾਡੇ ਕੋਈ ਵੀ ਸਬਜੈਕਟ ਵਿੱਚ ਮਿਸਟੇਕ ਹੈ ਜਾਂ ਕੋਈ ਵੀ ਤੁਹਾਡੇ, ਠੀਕ ਹੈ, ਨੰਬਰ ਵਗੈਰਾ 'ਚ, ਤੁਸੀਂ ਲੌਕ ਮਾਈ ਐਪਲੀਕੇਸ਼ਨ ਫਾਰਮ। ਠੀਕ ਹੈ ਦੋਸਤੋ, ਜੋ ਤੁਹਾਡਾ ਜੋ ਫੀਸ ਆਟੋਮੈਟਿਕ ਤੁਹਾਡਾ ਜੋ ਫਾਰਮ ਕਨਫਰਮ ਹੋ ਜਾਵੇਗਾ ਅਤੇ ਤੁਸੀਂ ਲੌਗਇਨ ਕਰ ਲੈਣਾ। ਇਸ ਤਰ੍ਹਾਂ ਦੋਸਤੋ ਜੋ ਅੱਜ ਦੀ ਵੀਡੀਓ ਸਮਾਪਤ ਹੋਈ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਐਂਡ ਲਾਈਕ ਕਰ ਦਿਓ। ਧੰਨਵਾਦ।